ਹਾਂਜੀ ਦੋਸਤੋ ਸਰਕਾਰੀ ਭਰਤੀਆਂ ਦੀ ਲਗਾਤਾਰ ਜੋ ਚੜ੍ਹੀ ਹੈ ਲੱਗ ਰਹੀ ਹੈ ਤੇ ਲਗਾਤਾਰ ਅਸਾਮੀਆਂ ਆ ਰਹੀਆਂ ਨੇ ਨੋਟੀਫਿਕੇਸ਼ਨ ਜਾਰੀ ਹੋ ਰਹੇ ਨੇ ਲੱਗਦਾ ਹੈ ਜੀ ਇਹ ਸਰਕਾਰ ਜੋ ਆਪਣੇ ਵਾਅਦੇ ਕੀਤੇ ਸੀ ਪੋਸਟਾਂ ਸੰਬੰਧੀ ਉਹ ਪੂਰੇ ਕਰਨ ਜਾ ਰਹੀ ਹੈ ਲਗਾਤਾਰ ਅਸਾਮੀਆਂ ਦੇ ਨੋਟੀਫਿਕੇਸ਼ਨ ਆ ਰਹੇ ਨੇ ਜਾਰੀ ਹੋ ਰਹੇ ਨੇ ਤੇ ਅੱਜ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਜੋ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵੱਲੋਂ ਜਾਰੀ ਕੀਤਾ ਗਿਆ ਜੀ ਬੱਕ ਬੱਕ ਪੋਸਟਾਂ ਅਨਾਉਂਸ ਕੀਤੀਆਂ ਨੇ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗਾ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਐਮ ਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅਗਰ ਤੁਸੀਂ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਕਿਉਂਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਦ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਜਾਂ ਰਿਜ਼ਲਟ ਆਉਂਦਾ ਹੈ ਜੀ ਜਾ ਕੋਈ ਕੰਪੀਟੀਟਿਵ ਇਗਜ਼ਾਮ ਆਉਂਦਾ ਜੀ ਪੇਪਰ ਆਉਂਦਾ ਹੈ ਉਸ ਬੰਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਤੇ ਹੁਣ ਇੱਕ ਸਾਡੀ ਇੱਕ ਹੋਰ ਬੇਨਤੀ ਹੈ ਕਿ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜੀ ਸਾਡੇ ਉਹ ਟੈਲੀਗ੍ਰam ਚੈਨਲ ਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ ਉੱਥੋਂ ਤੁਸੀਂ ਜੁਆਇਨ ਕਰ ਸਕਦੇ ਹੋ ਜੀ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਹਦੀ ਪੀਡੀਐਫ ਫਾਈਲ ਕੋਈ ਨਵਾਂ ਨੋਟੀਫਿਕੇਸ਼ਨ ਆਉਂਦਾ ਅਪਡੇਟ ਆਉਂਦਾ ਜੀ ਉਸਦੀ ਪੀਡੀਐਫ ਫਾਈਲ ਜਾਂ ਕੋਈ ਐਪਲੀਕੇਸ਼ਨ ਫਾਰਮ ਹੁੰਦਾ ਜਿਸ ਨੂੰ ਤੁਸੀਂ ਭਰ ਕੇ ਜੋਬ ਦੇ ਲਈ ਅਪਲਾਈ ਕਰਨਾ ਹੁੰਦਾ ਉਸ ਦੀ ਪੀਡੀਐਫ ਫਾਈਲ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰਦਾ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਜੀ ਚਲੋ ਆਪਾਂ ਪੋਸਟਾਂ ਵੱਲ ਵਧਦੇ ਹਾਂ ਜੀ ਜੋ ਅੱਜ ਦਾ ਨੋਟੀਫਿਕੇਸ਼ਨ ਹੈ ਜੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਬਾਰਾਦਰੀ ਗਾਰਡਨ ਪਟਿਆਲਾ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਜੀ ਪੇ ਸਕੇਲ ਦੀ ਗੱਲ ਕਰ ਲੈਣੇ ਜੀ ਸਭ ਤੋਂ ਪਹਿਲਾਂ ਜੋ ਪੇ ਸਕੇਲ ਦਿੱਤਾ ਜਾਵੇਗਾ 35400 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਇਹਨਾਂ ਪੋਸਟਾਂ ਦੇ ਲਈ ਪ੍ਰੋਸੀਜਰ ਕੀ ਹੈ ਸਿਲੈਕਸ਼ਨ ਦਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰਿਟਨ ਕੰਪੀਟੀਟਿਵ ਐਗਜ਼ਾਮੀਨੇਸ਼ਨ ਹੋਵੇਗਾ ਜੋ 120 ਕੁਐਸਚਨ ਆਉਣਗੇ ਜੋ ਕਿ 480 ਨੰਬਰ ਦੇ ਹੋਣਗੇ ਤੁਸੀਂ ਪਾਸ ਕਰਨਾ ਹੋਵੇਗਾ ਜੇ ਕਲੀਅਰ ਕਰਨਾ ਹੋਵੇਗਾ ਤੇ ਮੈਰਿਟ ਦੇ ਵਿੱਚ ਨਾਮ ਆਉਣਾ ਹੋਵੇਗਾ ਤੁਹਾਡਾ ਫਿਰ ਤੁਸੀਂ ਐਲੀਜੀਬਲ ਹੋਮੋਗੇ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕੁਐਸਚਨ ਜੋ ਹੋਣਗੇ ਸਬਜੈਕਟ ਦੇ ਵਿੱਚ ਆਉਣਗੇ ਜੋ ਕਿ ਪਾਰਟ A ਦੇ ਵਿੱਚ ਦਿੱਤਾ ਗਿਆ ਹੈ ਜੀ ਸਿਲੇਬਸ ਬਾਰੇ ਜੀ ਉਸ ਤੋਂ ਬਾਅਦ ਲੌਜੀਕਲ ਰੀਜ਼ਨਿੰਗ ਮੈਂਟਲ ਅਬਿਲਿਟੀ ਤੇ ਜਨਰਲ ਨੌਲੇਜ ਦੇ ਕੁਐਸਚਨ ਹੋਣਗੇ ਪਾਰਟ B ਸਲਿਪਸ ਦਿੱਤਾ ਗਿਆ ਹੈ ਉਹ ਤੁਸੀਂ ਚੈੱਕ ਕਰ ਸਕਦੇ ਹੋ 100 ਨੰਬਰ ਦਾ ਸਬਜੈਕਟਿਵ ਕੁਐਸਚਨ ਆਉਣਗੇ ਤੇ 20 ਨੰਬਰ B ਕੁਐਸਚਨ ਆਉਣਗੇ ਤੁਹਾਡੇ ਜਨਰਲ ਨੌਲੇਜ ਮੈਂਟਲ ਅਬਿਲਿਟੀ ਤੇ ਲੌਜੀਕਲ ਰੀਜ਼ਨਿੰਗ ਤੇ ਜੀ ਹਰੇਕ ਮਾਰਕਸ ਦਾ ਜੀ ਹਰੇਕ ਕੁਐਸਚਨ ਦਾ 4 ਨੰਬਰ ਹੋਣਗੇ ਜੀ ਤੇ ਜੋ 400 ਨੰਬਰ ਦਾ ਪਾਰਟ A ਦੇ ਵਿੱਚੋਂ ਆਏਗਾ ਤੇ ਪਾਰਟ B ਦਾ 80 ਨੰਬਰ ਦਾ ਪੇਪਰ ਆਏਗਾ ਜਿਸ ਦੇ ਵਿੱਚ 480 ਟੋਟਲ ਮਾਰਕਸ ਬਣਦੇ ਨੇ ਜੀ 120 ਕੁਐਸਚਨ ਬਣਦੇ ਨੇ ਜੀ ਨੇਗੇਟਿਵ ਮਾਰਕਿੰਗ ਹੋਵੇਗੀ ਜੀ ਤੁਸੀਂ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਜੀ ਤੇ 2 ਘੰਟੇ ਦਾ ਤੁਹਾਡਾ ਪੇਪਰ ਹੋਵੇਗਾ ਜੀ ਸਲੇਵਸ ਦਿੱਤਾ ਗਿਆ ਹੈ ਜੀ ਇਸ ਨੋਟੀਫਿਕੇਸ਼ਨ ਦੇ ਵਿੱਚ ਜਿਸ ਨੂੰ ਮੈਂ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰ ਦੇਵਾਂ ਜਿੱਥੇ ਤੁਸੀਂ ਡਾਊਨਲੋਡ ਕਰਕੇ ਚੈੱਕ ਕਰ ਲੈਣਾ ਚੰਗੀ ਤਰ੍ਹਾਂ ਪੜ੍ਹ ਕੇ ਪਹਿਰੇ ਨੂੰ ਪੋਸਟਾਂ ਦੇ ਲਈ ਅਪਲਾਈ ਕਰਨਾ ਹੈਗਾ ਜੀ ਹੁਣ ਦੇਖਦੇ ਹਾਂ ਪੋਸਟਾਂ ਬਾਰੇ ਜੀ ਆਪਾਂ ਜੋ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਟੋਟਲ ਪੋਸਟਾਂ 23 ਅਨਾਉਂਸ ਕੀਤੀਆਂ ਗਈਆਂ ਨੇ ਜੀ ਜੋ ਕਿ ਆਨਲਾਈਨ ਤੁਸੀਂ ਅਪਲਾਈ ਕਰਨੀਆਂ ਹੋਣਗੀਆਂ ਜੋ ਕਿ ਵੇਅਰ ਹਾਊਸ ਮੈਨੇਜਰ ਦੀਆਂ ਪੋਸਟਾਂ ਨੇ ਗਰੁੱਪ B ਦੀਆਂ ਪੋਸਟਾਂ ਨੇ ਇਹ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਅੰਡਰ ਦਾ ਡਿਪਾਰਟਮੈਂਟ ਆਫ ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਗਵਰਨਮੈਂਟ ਆਫ ਪੰਜਾਬ ਦੇ ਵੱਲੋਂ ਇਹ ਜਾਰੀ ਕੀਤੀਆਂ ਗਈਆਂ ਨੇ ਜੀ ਵੇਅਰ ਹਾਊਸ ਮੈਨੇਜਰ ਦੀਆਂ ਪੋਸਟਾਂ ਨੇ ਜਿਸ ਨੂੰ ਕੈਟਾਗਰੀ ਵਾਈਜ਼ ਇਸ ਪ੍ਰਕਾਰ ਵੰਡਿਆ ਗਏ ਤੁਸੀਂ ਚੰਗੀ ਤਰ੍ਹਾਂ ਚੈੱਕ ਕਰਕੇ ਫਿਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾਗੇ ਟੋਟਲ ਪੋਸਟਾਂ 23 ਨੇ ਜੀ ਜਿਦੇ ਵਿੱਚੋਂ ਵੂਮਨ ਦੇ ਲਈ 7000 ਰਿਜ਼ਰਵ ਕੀਤੀਆਂ ਗਈਆਂ ਨੇ ਜੀ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਐਮ ਐਸ ਸੀ ਇਨ ਐਗਰੀਕਲਚਰ ਫਸਟ ਡਿਵੀਜ਼ਨ ਦੇ ਵਿੱਚ ਤੁਸੀਂ ਪਾਸ ਕੀਤੀ ਹੋਵੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਦੇ ਵਿੱਚੋਂ ਜੀ ਤੇ ਉਸ ਤੋਂ ਬਾਅਦ 10ਵੀਂ ਪੱਧਰ ਦੇ ਉੱਤੇ ਤੁਸੀਂ ਪੰਜਾਬੀ ਪਾਸ ਕੀਤੀ ਹੋਵੇ ਜੀ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਏਜ ਹੈ ਜੀ 18 ਤੋਂ 37 ਸਾਲ ਏਜ ਲਿਮਟ ਰੱਖੀ ਗਈ ਹੈ ਜੀ ਤੇ ਕੁਝ ਜਨਰਲ ਇਨਸਟਰਕਸ਼ਨਸ ਨੇ ਜੀ ਉਹ ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ ਜੀ ਇਹਨਾਂ ਪੋਸਟਾਂ ਦੇ ਲਈ ਜੀ 30 5 2022 ਤੋਂ ਜੀ ਲਾਸਟ ਡੇਟ ਰੱਖੀ ਗਈ ਹੈ ਜੀ ਤੇ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਜੀ ਤੇ ਸਟੈਪ 2 ਦੇ ਲਈ ਫੀਸ ਦੇ ਲਈ ਜੀ ਤੁਸੀਂ 9 6 2022 ਤੱਕ ਫੀਸ ਤੁਸੀਂ ਪੇ ਕਰ ਸਕਦੇ ਹੋ ਜੋ ਬੈਂਕ ਚਲਾਨ ਦੁਆਰਾ ਭਰੀ ਜਾ ਸਕਦੀ ਹੈ ਜੀ ਇਹ ਕੁਝ ਇਨਸਟਰਕਸ਼ਨ ਜੀ ਚੰਗੀ ਤਰ੍ਹਾਂ ਪੜ੍ਹ ਕੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਉਸ ਤੋਂ ਬਾਅਦ ਐਗਜ਼ਾਮੀਨੇਸ਼ਨ ਫੀਸ ਦੀ ਗੱਲ ਕਰੀਏ ਜੀ ਤੇ ਆਨਲਾਈਨ ਅਪਲੀਕੇਸ਼ਨ ਚਾਰਜ 500 ਰੁਪਏ ਜੀ ਤੇ 250 ਰੁਪਏ एग्जामੀਨੇਸ਼ਨ 750 ਰੁਪਏ ਫੀਸ ਹੈ ਜੀ ਸ਼ਡਿਊਲ ਕਾਸਟ ਸ਼ਡਿਊਲ ਟ్రਾਈਬਸ ਐਂਡ ਆਲ ਸਟੇਟਸ ਐਂਡ ਵੈਗਬਰਡ ਕਲਾਸਸ ਆਫ ਪੰਜਾਬ ਸਟੇਟ ਓਨਲੀ ਜੀ ਐਕਸ ਸਰਵਿਸਮੈਨ ਦੇ ਲਈ ਪੰਜਾਬ ਸਟੇਟ ਦੇ ਲਈ ਜੀ 500 ਰੁਪਏ ਫੀਸ ਰੱਖੀ ਗਈ ਇਕਨੋਮਿਕਲ ਵੀਕਰ ਈਡਬਲਯੂਐਸ ਦੇ ਲਈ ਜੀ ਪੀਡਬਲਯੂਡੀ ਦੇ ਲਈ ਤੇ ਐਲਡੀਐਸਐਮ ਪੰਜਾਬ ਦੇ ਲਈ ਜੀ 500 ਰੁਪਏ ਫੀਸ ਰੱਖੀ ਗਈ ਹੈ ਆਲ ਅਦਰ ਕੈਟੇਗਰੀ ਜਨਰਲ ਸਪੋਰਟਸ ਪਰਸਨ ਆਫ ਪੰਜਾਬ ਐਂਡ ਬਾਰਡਸ ਆਫ ਫਰੀडम फाइਟਰ ਪੰਜਾਬ ਦੇ ਲਈ 1500 ਰੁਪਏ ਫੀਸ ਰੱਖੀ ਗਈ ਜੀ ਇਹ ਪੋਸਟਾਂ ਨੂੰ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਆਪਣੀ ਆਨਲਾਈਨ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਤੇ ਅੱਗੇ ਤੋਂ ਨਵੇਂ-ਨਵੇਂ ਵੀਡੀਓ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਦੇ ਰਾਂਗੇ ਜੀ ਹੁਣ ਮਿਲਦੇ ਆਂ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ